ਡਾਲਾ ਪਿੰਡ ਵਾਲੇ ਗੁਰਦੀਪ ਗਿੱਲ ਜੀ ਜੇ ਫਰਿਆਦ ਹੁਣ ਜਫਾ ਲਾਓ ਤੇ $100 ਦਿੱਤੇ ਜਾਣਗੇ ਗੁਰਦੀਪ ਸਿੰਘ ਗਿੱਲ ਡਾਲਾ ਪਿੰਡ ਵਾਲੇ ਵੱਲੋਂ। ਲਓ ਪਈ ਹੋਈ ਅਗਲੀ ਕਬੱਡੀ ਸੰਦੀਪ ਲੋਦੜ ਦੀ ਮੈਦਾਨ ਦੇ ਅੰਦਰ। ਵਾਹ ਨਹੀਂ ਸਾਹ, ਹੁੰਦੀ ਹੋਈ ਕਮਾਲ, ਹੁੰਦੀ ਹੋਈ ਕਮਾਲ, ਸੰਨੀ 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 ਆਦਮ ਵਾਲੀ ਤਕੜੇ ਜਫੇ ਦੀ ਕੋਸ਼ਿਸ਼ ਕਰਦਾ ਆ ਮੁੰਡੇ ਦਾ ਕਹਿੰਦੇ ਜਫਾ ਲੱਖ ਵਾਲਾ ਬਣਨ ਵਾਲੀ ਗੱਲ ਹੋਊਗੀ। ਆ ਹੁੰਦੀ ਹੋਈ ਕਮਾਲ, ਸੰਦੀਪ ਲੋਦੜ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ, ਟੱਕਿਆ ਜਾਊਗੇ ਨਹੀਂ। ਆਹ ਕਬੱਡੀ 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 ਹਰਜੀਤ ਖੇਡਦਾ ਸੀ ਉਹ ਕਿਤੇ ਹਰਜੀਤ ਨੂੰ ਜੱਫਾ ਨਾ ਲੱਗ ਜਾਵੇ, ਹਰਜੀਤ ਨੂੰ ਜੱਫਾ ਨਾ ਲੱਗ ਜਾਵੇ, ਲੋਕੀ ਨਾਲ ਨਾਲ ਖੇਡ ਦਿੱਤਗੇ। ਆਓ ਇਹ ਹੈ ਜੋਸ਼ ਕਬੱਡੀ ਦਾ। ਆ ਬਈ ਲਾ ਹੀਰੇ ਬੱਟ ਦੀ ਰੇਡ ਪੈ ਰਹੀ ਹੈ, ਹੀਰਾ ਬੱਟ ਰੇਡ ਪਾ ਰਿਹਾ ਤੇ ਉਧਰਲੇ ਪਾਸੇ ਭਾਵੇਂ ਗੱਭਰੂਆ ਕੌਣਵਾ ਦਾ ਸ਼ੇਰ ਪੁੱਤ ਆਏ ਆਦਮਬਾਰ ਦੀ ਧਰਤੀ ਦਾ ਸ਼ਨੀ, $100 ਲੱਗਾ ਹੋਇਆ ਮਾਨੇ ਰੂਮੀ ਹੋਣਾ ਵੱਲੋਂ, $100 ਦੇ ਮਾਸਬਣ ਹੋਣਗੇ। ਲਓ ਸ਼ਨੀ ਆਦਮਬਾਰੀ ਹੀਰੇ ਪੱਟ ਨੂੰ ਰੋਕਦਾ ਹੋਇਆ, ਤਾੜੀ ਜ਼ੋਰਦਾਰ, ਲਓ ਤਾੜੀ ਜ਼ੋਰਦਾਰ, ਸ਼ਨੀ ਆਦਮਬਾਰ ਦੀ ਧਰਤੀ ਦਾ ਬੜਾ ਤਕੜਾ ਜੱਫਾ ਲਾ ਕੇ ਰੀਸ ਕਰੂਗਾ। ਚਾਰ ਨੇ ਇੱਕ ਕੰਨੀ ਤੇ ਕਹਿੰਦੇ ਫਰਿਆਦ ਅਲੀ ਹੈ, ਇੱਕ ਪਾਸੇ ਸਨੀ ਆਦਮ ਵਾਲੀ ਹੈ, ਇਹਨੇ ਕੱਲ ਵੀ ਖੇਡ ਦੀ ਪ੍ਰਭਾਵਿਤ ਕੀਤਾ ਤੇ ਹੁਣ ਦੇਖਦੇ ਆ ਵੀ ਜੱਗਾ ਤੇ ਇੱਕ ਪਾਸੇ ਆਦਮ ਵਾਲ ਪਿੰਡ ਦਾ। ਸਨੀ ਪਹਿਲੀ ਵਾਰ ਪੁੱਜਿਆ ਫਿਰਦੇ, ਤੇਰੇ ਏਰੀਏ ਦਾ ਖਿਡਾਰੀ ਹੈ, ਜਦ ਕਿਸੇ ਵੀ ਧਾਵੀ ਨੂੰ ਲੱਕ ਤੋਂ ਜਿਹੜਾ ਜੱਫਾ ਲੱਗ ਜਾਵੇ ਤੇ